ਗੱਲ ਜਿਹੜੀ ਹੈਗੀ ਆ ਫਤਿਹਗੜ੍ਹ ਚੂੜੀਆਂ ਦੇ ਵਿੱਚ ਲੋਧੀ ਨਗਰ ਨੂੰ ਅਕਾਲੀ ਦਲ ਜਿਹੜਾ ਆ ਉਹ ਆਪਣਾ ਉਮੀਦਵਾਰ ਅਪਣਾ ਕੇ ਭੇਜੇਗਾ ਐਸੀ ਕੋਈ ਗੱਲ ਨਹੀਂ ਗੀ ਔਰ ਇਹ ਗੱਲ ਕਿਸੇ ਕੋਲ ਲੁਕੀ ਛੁਪੀ ਨਹੀਂ ਤੁਸੀਂ ਲੋਕਲ ਬੰਦੇ ਜਿਹੜੇ ਆਪਣੇ ਮਨਾਂ 'ਚ ਝਾਤੀ ਮਾਰ ਕੇ ਆਪਣੇ ਆਪ ਨੂੰ ਪੁੱਛ ਲਓ ਵੀ ਇਹ ਕਿਹੜਾ ਜਿੱਤ ਸਕਦਾ ਆ ਅਤੇ ਜੇ ਮੇਰੇ ਐਵੇਂ ਕੋਈ ਬੰਦਾ ਕਹਿ ਦੂ ਮੈਨੂੰ ਰੈਲੀ ਦਾ ਟਾਈਮ ਮਿਲ ਗਿਆ ਜਿਸ ਤਰ੍ਹਾਂ ਅੱਗੇ ਆਖਦਾ ਵੀ ਮੈਨੂੰ ਹੁਣ ਗਾਡੀ ਨੂੰ ਨਾ ਤੇ ਮੈਨੂੰ ਹਾਂ ਤੇ ਫੂਕ ਨਿਕਲ ਗਈ ਉਹ ਨਹੀਂ ਗਲਤ ਨਹੀਂ ਗੱਲ ਕਰ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ 'ਚ ਅਕਾਲੀ ਦਲ ਦੀ ਟਿਕਟ ਦਾ ਰੌਲਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ ਇੱਕ ਪਾਸੇ ਕਾਲੋਂ ਪਰਿਵਾਰ ਤੇ ਦੂਸਰੇ ਪਾਸੇ ਲੋਧੀ ਨੰਗਲ ਵੱਲੋਂ ਲਗਾਤਾਰ ਆਪੋ ਆਪਣੇ ਦਾਅਵੇ ਕੀਤੇ ਜਾ ਰਹੇ ਹਨ ਅੱਜ ਵੀ ਠੱਠਾ ਦੇ ਵਿੱਚ ਅਕਾਲੀ ਦਲ ਦੇ ਇੱਕ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਲਖਬੀਰ ਸਿੰਘ ਲੋਧੀ ਨੰਗਲ ਨੇ ਦਾਅਵਾ ਕੀਤਾ ਹੈ ਕਿ ਉਹ ਫਤਿਹਗੜ੍ਹ ਚੂੜੀਆਂ ਤੋਂ ਚੋਣ ਲੜਨਗੇ ਉਹਨਾਂ ਕਿਹਾ ਕਿ ਬਾਕੀ ਫੈਸਲਾ ਪਾਰਟੀ ਹਾਈਕਮਾਂਡ ਨੇ ਕਰਨਾ ਹੈ ਪਾਰਟੀ ਹਾਈਕਮਾਂਡ ਇਸ ਸੰਬੰਧੀ ਵੱਖ ਵੱਖ ਹਲਕਿਆਂ 'ਚ ਆਪਣੇ ਸਰਵੇ ਕਰਵਾ ਰਹੀ ਹੈ ਉਹਨਾਂ ਕਿਹਾ ਕਿ ਮੈਂ ਝੂਠੀ ਗੱਲ ਕਰਨ ਦਾ ਆਦੀ ਨਹੀਂ ਹਾਂ ਅਤੇ ਜਿੰਨੀ ਦੇਰ ਪਾਰਟੀ ਕੋਈ ਹਾਂ ਨਹੀਂ ਕਰਦੀ ਹੈ ਨਾ ਮੈਂ ਰੈਲੀ ਦੀ ਗੱਲ ਕਰ ਸਕਦਾ ਹਾਂ ਅਤੇ ਨਾ ਹੀ ਕਿਸੇ ਟਿਕਟ ਬਾਰੇ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਦੇ ਹੋਰ ਸਵਾਲਾਂ ਦੇ ਵੀ ਜਵਾਬ ਦਿੱਤੇ ਹਨ ਪਾਰਟੀ ਡਿਸਕਸ਼ਨ ਦੇ ਵਿੱਚ ਆ ਪਾਰਟੀ ਐਨਾਲਾਈਜ਼ ਕਰ ਰਹੀ ਆ ਪਾਰਟੀ ਸਰਵੇ ਕਰਾ ਰਹੀ ਆ ਵੀ ਕਿਹੜਾ ਕਿਹੜਾ ਬੰਦਾ ਕਿੱਥੇ ਕਿੱਥੇ ਜਿੱਤ ਰਿਹਾ ਆ ਔਰ ਉਹ ਸਾਰੇ ਸਰਵੇ ਦੇ ਮੁਤਾਬਕ ਉਹਨਾਂ ਦੇ ਕੋਲ ਜਿਹੜੇ ਪਹਿਲੇ ਸਰਵੇ ਗਏ ਨੇ ਉਹ ਬਿਲਕੁਲ ਐਕੂਰੇਟ ਚਲੇ ਗਿਆ ਇਹ ਕਿੰਨਾ ਹੋਰ ਜਾਣ ਵਾਲਾ ਆ ਔਰ ਉਹ ਠੀਕ ਫੈਸਲਾ ਕਰਨਗੇ ਔਰ ਇਹ ਗੱਲ ਕਿਸੇ ਕੋਲ ਲੁਕੀ ਛੁਪੀ ਨਹੀਂ ਤੁਸੀਂ ਲੋਕਲ ਬੰਦੇ ਜਿਹੜੇ ਆਪਣੇ ਮਨਾਂ 'ਚ ਝਾਤੀ ਮਾਰ ਕੇ ਆਪਣੇ ਆਪ ਨੂੰ ਪੁੱਛ ਲਓ ਵੀ ਇਹ ਕਿਹੜਾ ਜਿੱਤ ਸਕਦਾ ਆ ਕਿਸੇ ਨੂੰ ਨਾ ਪੁੱਛੋ ਆਪਣੇ ਆਪਣੇ ਮਨਾਂ ਨੂੰ ਪੁੱਛ ਲਓ ਵੀ ਇੱਥੇ ਕਿਹੜਾ ਬੰਦਾ ਅਕਾਲੀ ਦਲ ਵੱਲੋਂ ਜਿੱਤ ਸਕਦਾ ਜੇ ਤੁਹਾਨੂੰ ਪਤਾ ਆ ਜਿੱਤ ਸਕਦਾ ਤਾਂ ਉਹਨੂੰ ਪਾਰਟੀ ਨੇ ਟਿਕਟ ਦੇਣੀ ਆ ਕਿਹਨੂੰ ਦੇਣੀ ਆ ਲੱਗਦਾ ਕਿ ਹਾਈਕਮਾਂਡ ਕਦੀ ਦੋ ਟਿਕਟਾਂ ਪਰਿਵਾਰ ਤੇ ਦੇ ਸਕਦੀ ਆ ਕਿ ਜਾਂ ਨਹੀਂ ਦੇ ਸਕਦੀ ਜਾਂ ਕੋਈ ਸਮਾਂ ਆ ਵੀ ਸਕਦਾ ਮੈਂ ਤੇ ਵੇਖੋ ਇਹ ਸਮਝਣਾ ਵੀ ਜੇ ਪਰਿਵਾਰ ਦੇ ਵਿੱਚ ਕਪੈਸਿਟੀ ਹੋਵੇ ਤਾਂ ਉਹਨੂੰ ਤਿੰਨ ਵੀ ਦੇ ਦਿੱਤੀ ਜਾਂ ਸਾਨੂੰ ਕੀ ਇਤਰਾਜ ਗੱਲ ਤੇ ਪਾਰਟੀ ਨੇ ਵੇਖਣਾ ਕਿ ਜਿੱਤ ਕਿਹੜਾ ਕਿਹੜਾ ਸਕਦਾ ਲੋਧੀਨਗਰ ਸਾਹਿਬ ਇੱਕ ਹੁਣ ਹਲਕਾ ਵਾਰ ਤੁਸੀਂ ਤੁਹਾਡੇ ਕਾਰਨ ਤਾਂ ਵੀ ਰੈਲੀਆਂ ਹੋ ਰਹੀਆਂ ਜੀ ਸਾਰੇ ਜਾਣਦੇ ਆ ਹੁਣ ਹਲਕਾ ਫਤਿਹਗੜ੍ਹ ਚੂੜੀਆਂ 'ਚ ਜਿਹੜੀ ਰੈਲੀ ਦੀ ਵਾਗਡੋਰ ਆ ਜਾਂ ਕਿਹਦੇ ਪ੍ਰਧਾਨ ਗੇੜ ਕਿਹਦੀ ਅਗਵਾਈ ਵਿੱਚ ਹਾਈਕਮਾਂਡ ਸੌਂਪੇਗੀ ਇਹਦਾ ਪਾਰਟੀ ਹਾਈਕਮਾਂਡ ਨੇ ਫੈਸਲਾ ਦੇਣਾ ਹੈ ਔਰ ਜਦੋਂ ਪਾਰਟੀ ਹਾਈਕਮਾਂਡ ਨੇ ਅਨਾਊਂਸਮੈਂਟ ਕਰਨੀ ਆ ਰੈਲੀ ਦਾ ਟਾਈਮ ਦੇਣਾ ਆ ਫਿਰ ਤੁਸੀਂ ਸਮਝੋ ਜਿਸ ਬੰਦੇ ਨੂੰ ਟਿਕਟ ਦੇਣੀ ਆ ਉਹਨੂੰ ਰੈਲੀ ਦਾ ਉਹਨਾਂ ਨੇ ਟਾਈਮ ਦੇਣਾ ਅਤੇ ਜੇ ਮੇਰੇ ਐਵੇਂ ਕੋਈ ਬੰਦਾ ਕਹਿ ਦੂ ਮੈਨੂੰ ਰੈਲੀ ਦਾ ਟਾਈਮ ਮਿਲ ਗਿਆ ਜਿਸ ਤਰ੍ਹਾਂ ਅੱਗੇ ਆਖਦਾ ਵੀ ਮੈਨੂੰ ਹੁਣ ਗਾਡੀ ਨੂੰ ਨਾ ਤੇ ਮੈਨੂੰ ਹਾਂ ਤੇ ਫੂਕ ਨਿਕਲ ਗਈ ਉਹ ਨਹੀਂ ਗਲਤ ਨਹੀਂ ਗੱਲ ਕਰ ਚਲੋ ਮੇਰਾ ਭਾਵ ਹੈ ਕਰਨ ਦਾ ਕਿਸੇ ਨੂੰ ਇਤਰਾਜ ਆ ਲੋਧੀ ਨੰਗਲ ਨਾਲੋਂ ਕੋਈ ਬੈਟਰ ਸੀਟ ਕੱਢ ਸਕਦਾ ਤੇ ਲੋਧੀ ਨੰਗਲ ਨੂੰ ਕੋਈ ਇਤਰਾਜ ਮੈਂ ਤੇ ਪਾਰਟੀ ਦਾ ਹੁਕਮ ਮੰਨਣਾ ਪਰ ਇਹ ਗੱਲ ਜ਼ਰੂਰ ਮੇਰੀ ਪੱਕੀ ਆ ਕਿ ਮੈਂ ਲੜਨਾ ਇੱਥੋਂ ਚਾਹੁੰਦਾ ਹਾਂ ਮੇਰਾ ਹਲਕਾ ਇਹ ਆ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਵੇਖ ਲਈਆਂ ਨੇ ਵੀ ਕਿਸ ਤਰੀਕੇ ਦੇ ਲੋਕਾਂ ਦੇ ਮਨਾਂ ਵਿੱਚ ਭਾਵਨਾਵਾਂ ਨੇ ਅਤੇ ਲੋਕ ਕਿੰਨਾ ਪਿਆਰ ਦਿੰਦੇ ਆ ਹਾਲੀ ਤੁਸੀਂ ਅਗਲੀਆਂ ਮੇਰੀਆਂ ਮੀਟਿੰਗਾਂ ਵੇਖਿਓ ਜੇ ਹਰ ਥਾਂ ਮੀਟਿੰਗ ਜਿਹੜੀ ਹੋਏਗੀ ਔਰ ਲੋਕਾਂ ਦੀਆਂ ਹਰ ਥਾਂ ਤੁਸੀਂ ਭਾਵਨਾ ਸਮਝੋ ਕਿ ਲੋਕ ਕਹਿਣਗੇ ਜੇ ਸੀਟ ਅਕਾਲੀ ਦਲ ਨੇ ਕੱਢਣੀ ਆ ਤਾਂ ਲੋਧੀ ਨਗਰ ਨੂੰ ਇੱਥੇ ਲੈ ਕੇ ਆਓ ਨਹੀਂ ਤਾਂ ਸਾਡੇ ਇੱਥੋਂ ਸੀਟ ਨਹੀਂ ਨਿਕਲਦੀ ਜਿਸ ਤਰ੍ਹਾਂ ਹੁਣ ਇਹ ਇੰਨਾ ਵੱਡਾ ਸਟਾਫ ਆ ਜੇ ਮੰਨ ਲਓ ਹੁਣ 500 ਬੰਦਾ ਇਕੱਠਾ ਹੋ ਗਿਆ ਅਤੇ ਜੇ ਇਹਨਾਂ ਨੂੰ ਕਹਿ ਦੇਣਗੇ ਵੀ ਇਹ ਜੀ ਅਸਲੀ ਅਕਾਲੀ ਨਹੀਂ ਗਏ ਤਾਂ ਫਿਰ ਇਹ ਕੱਲ੍ਹ ਨੂੰ ਵੋਟਾਂ ਕਿਵੇਂ ਪਾਉਣਗੇ ਇਹਨਾਂ ਨੂੰ ਤਾਂ ਅੱਜ ਹੀ ਜਵਾਬ ਦਵਾ ਦਿੱਤਾ ਨਾ ਤੇ ਫਿਰ ਕਿਤਨਾ ਵੋਟਾਂ ਪਾਉਣ ਅੱਗੇ ਵੀ ਇਹਨਾਂ ਦਾ ਨੁਕਸਾਨ ਇਸੇ ਤਰ੍ਹਾਂ ਹੀ ਹੋਇਆ ਕੁਝ ਦਿਨ ਪਹਿਲਾਂ ਹਲਕਾ ਫਤਿਹ ਬਟਾਲਾ ਦੀ ਵੀ ਗੱਲ ਹੋ ਰਹੀ ਸੀ ਕਿ ਤੁਸੀਂ ਉਹ ਬਿਲਕੁਲ ਵੇਖੋ ਮੇਰੀ ਗੱਲ ਸੁਣੋ ਹਲਕਾ ਬਟਾਲਾ ਮੇਰਾ ਆ ਮੈਂ ਵੀ ਦੋ ਮੰਗਦਾ ਮੇਰਾ ਵੀ ਬੇਟਾ ਆਇਆ ਕੈਨੇਡਾ ਤੋਂ ਅਸੀਂ ਵੀ ਫੈਸਲਾ ਕੀਤਾ ਵੀ ਯਾਰ ਜਿਹੜੇ 5-5 ਵਾਰ ਹਾਰ ਕੇ ਉਦੋਂ ਸੀਟਾਂ ਮੰਗਦੇ ਨੇ ਅਸੀਂ ਤੇ ਜਿੱਤੇ ਆ ਉਹਨਾਂ ਹਾਲਾਤਾਂ 'ਚ ਜਦੋਂ ਮਾਇਆ ਜਦੋਂ ਹੁੰਦਾ ਹੀ ਫਿਰ ਗਿਆ ਸੀ ਉਦੋਂ ਜਿਹੜਾ ਫਿਰ ਗਿਆ ਸੀ ਤੇ ਅਸੀਂ ਤੇ ਸਾਡਾ ਤਾਂ ਹੱਕ ਬਣਦਾ ਅਸੀਂ ਤੇ ਬੇਟੇ ਨੂੰ ਸਪੈਸ਼ਲ ਸੱਦਿਆ ਆ ਬਟਾਲੇ ਸਾਰੀ ਇਲੈਕਸ਼ਨ ਇਹਨੇ ਲੜੀ ਸੀ ਮੇਰੀ ਮੈਂ ਨਹੀਂ ਸੀ ਲੜੀ ਮੈਂ ਤੇ ਗੁੱਡੇ ਉਦੋਂ ਜ਼ਿਆਦਾ ਬਿਮਾਰ ਸੀ ਉਦੋਂ ਇਲੈਕਸ਼ਨ ਸਾਰੀ ਦੀ ਸਾਰੀ ਇਹਨੇ ਸੰਨੀ ਨੇ ਲੜੀ ਸੀ ਤੇ ਮੈਂ ਇਹਨੂੰ ਆਖਿਆ ਵੀ ਉਹ
ਜਿਹੜੇ ਬਿਲਕੁਲ ਮਰੇ ਪਏ ਨੇ ਉਹ ਐਵੇਂ ਦਾਅਵੇ ਕਰੀ ਜਾਂਦੇ ਨੇ ਤੇ ਆਪਾਂ ਵੀ ਦਾਅਵਾ ਕਰੀਏ ਆਪਾਂ ਵੀ ਦੋ ਟਿਕਟਾਂ ਲਈਏ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕੋਈ ਕਿਲੇ ਦੋ ਵੇਚ ਲਵਾਂਗੇ ਤੇ ਦੋ ਲੜ ਲਾਂਗੇ ਸਾਡਾ ਕੀ ਬੜਾ ਸਿੱਧਾ ਨਿਊਜ਼ ਡੈਸਕ ਡਾਕਟਰ ਜਿੰਦਰ ਸਿੰਘ ਦੇ ਨਾਲ ਫਤਿਹਗੜ੍ਹ ਚੂੜੀਆਂ ਤੋਂ ਰਮੇਸ਼ ਸੋਨੀ ਦੀ ਰਿਪੋਰਟ ਪੰਜਾਬ ਟੂਡੇ।